ਕਹਿੰਦੇ ਨੇ ਜੀ, ਜਿਹਨੂੰ ਮਹਾਰਾਜ ਕਹਿੰਦੇ ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਾਂ ਦੇ ਸਾਹ, ਜਿਸ ਪਾਸ ਬੈਠਿਆਂ ਸੋਹੀ ਹੈ ਸਭਨਾ ਦਾ ਵੇਸਾਹ। ਉਹ ਸੱਜਣ ਜਿਹਨੂੰ ਮਹਾਰਾਜ ਕਹਿੰਦੇ ਆ ਸਾਜਣ, ਤੇਰੇ ਚਰਨ ਕੀ ਹੋਏ ਰਹਾਂ ਸਦ ਧੂਰ, ਨਾਨਕ ਸਰਨ ਤੁਹਾਰੀਆ ਪੇਖੋ ਸਦਾ ਹਜ਼ੂਰ। ਉਹ ਸੱਜਣ ਔਰ ਜਿਹਨੂੰ ਮਹਾਰਾਜ ਕਹਿੰਦੇ ਨੇ ਉਹ ਪਰਿਪੂਰਨ ਪਰਮਾਤਮਾ, ਉਹਨੂੰ ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਮੇਰੇ ਵਾਹਿਗੁਰੂ ਮਿਲ, ਮੇਰਾ ਮਨ ਜਿਹੜਾ ਇਹ ਧੀਰਜ ਵਾਲਾ ਹੌਂਸਲੇ ਵਾਲਾ ਹੋ ਜਾਵੇ, ਤੇਰੇ ਨਾਲ ਮਿਲ ਕੇ ਸਤਿਗੁਰੂ ਵਿਸਰਾਮ ਦੇ ਕੇ ਅਸਥਾਈ ਦੇ ਕੇ ਫਰਮਾਉਂਦੇ ਆ। ਮਹਾਰਾਜ ਕਹਿੰਦੇ ਏਕਾ ਸੇਜ ਵਿਸ਼ੀ ਧੰਨ ਕੰਤਾ। ਹੁਣ ਅੰਦਰ ਦੀ ਹਿਰਦੇ ਦੀ ਜਿਹੜੀ ਆ ਨਾ ਉਹ ਇੱਕੋ ਸੇਜ ਵਿਸ਼ੀ ਹੋਈ ਆ, ਅਤੇ ਅੰਦਰ ਜੀਵਾਤਮਾ ਬਿਰਤੀ ਰੂਪ ਆ ਉਹ ਵੀ ਅੰਦਰ ਏ, ਅਤੇ ਪਰਮਾਤਮਾ ਨੇ ਵੀ ਉੱਥੇ ਹੀ ਪ੍ਰਗਟ ਹੋਣਾ ਹੈ। ਸੇਜ ਇੱਕ ਆ ਔਰ ਇੱਕੋ ਹਿਰਦਾ ਆ, ਇੱਕ ਅੰਦਰ ਅਵਿਦਿਆ ਦੇ ਨੀਂਦ ਅੰਦਰ ਖੁਰਾਟੇ ਮਾਰ ਰਿਹਾ ਜੀਵ ਤਵ ਹੈ, ਔਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਜੀਵ ਤਵ ਹੈ, ਅਤੇ ਸੱਚੀ ਸਰਕਾਰ ਕਹਿੰਦੇ ਉੱਥੇ ਪਰਮਾਤਮਾ ਨੇ ਦੀਦਾਰ ਦੇਣਾ ਹੈ। ਅੰਦਰ ਪ੍ਰੇਮ ਦੀ ਵਿਸ਼ੀ ਹੋਈ, ਸ਼ਰਧਾ ਦੀ ਵਿਸ਼ੀ ਸੇਜਾ ਹੈ, ਧਨ ਸੂਤੀ ਜਿਹੜੀ ਜੀਵ ਰੂਪ ਇਸਤਰੀ ਆ ਨਾ ਅੰਤਰਾਤਮੇ ਅੰਦਰ। ਮਹਾਰਾਜ ਕਹਿੰਦੇ ਇਹ ਅਵਿਦਿਆ ਦੀ ਨੀਂਦ ਵਿੱਚ ਅਗਿਆਨਤਾ ਦੇ ਅੰਧੇਰੇ ਵਿੱਚ ਸੁੱਤੀ ਹੋਈ ਖੁਰਾਟੇ ਮਾਰਦੀ, ਇਹਨੂੰ ਕੋਈ ਪਤਾ ਨਹੀਂ ਕਿ ਅਗਲਾ ਪਾਸਾ ਮੌਤ ਵਾਲਾ ਨੇੜੇ ਆਉਂਦਾ ਹੈ। ਗੁਰੂ ਆਵਾਜ਼ਾਂ ਮਾਰ ਕੇ ਕਹਿੰਦੇ ਰਹਿ ਅੱਗੋਂ ਨੇੜਾ ਆਇਆ ਪਿੱਛਾ ਰਹਿਆ ਦੂਰ, ਅਗਲਾ ਬੰਨਾ ਨੇੜੇ ਆਉਂਦਾ ਹੀ। ਗੁਰੂ ਆਵਾਜ਼ਾਂ ਮਾਰ ਕੇ ਜਗਾਉਂਦੇ ਰਹਿ ਜਾਗ ਲਿਹੂ ਰੇ ਮਨਾ ਜਾਗ ਲਿਹੂ, ਕਹਾਂ ਗਾਫਲ ਸੋਇਆ ਔਰ ਜੋ ਤਨ ਉਪਜਿਆ ਸੰਗ ਹੀ ਸੋ ਪੀ ਸੰਗ ਨਾ ਹੋਇਆ। ਔਰ ਸੱਜਣਾ ਜਿਹੜਾ ਤਨ ਮਿਲਿਆ ਵੀ ਤੇਰੇ ਨਾਲ ਨਹੀਂ ਹੁਣ ਜਾਣਾ, ਹੁਣ ਉਹ ਧਨ ਸੂਤੀ ਪਿਰ ਪਰਿਪੂਰਨ ਪਰਮਾਤਮਾ ਵਾਹਿਗੁਰੂ ਜਿਹੜਾ ਆ ਉਹ ਸਦ ਜਾਗੰਤਾ, ਪਰਮਾਤਮਾ ਸੌਂਦਾ ਨਹੀਂ ਉਹ ਸਦਾ ਜਾਗਦਾ ਹੈ। ਦਿਓ ਉਹ ਪਰਿਪੂਰਨ ਪਰਮਾਤਮਾ ਹਮੇਸ਼ਾ ਜਾਗਣ ਵਾਲਾ ਹੈ। ਕਹਿਣ ਲੱਗੇ ਬਾਹਰ ਦਾ ਤਨ ਅਤੇ ਬਾਹਰ ਤੋਂ ਸੰਗਤ, ਬਾਹਰ ਦਾ ਇਹਦਾ ਲਿਬਾਸ ਇਹ ਇਸ ਕਰਕੇ ਬਣਾਇਆ ਸੀ ਕਿ ਗੁਰਮੁਖਾਂ ਦੀ ਸੰਗਤ, ਗੁਰਮਤ ਦਾ ਮਾਰਗ, ਰੱਬ ਦੇ ਘਰ ਵੱਲ ਨੂੰ ਤੁਰਨਾ ਬਾਹਰੀ ਤੌਰ 'ਤੇ ਕਿ ਤੂੰ ਅੰਦਰੋਂ ਪਰਮਾਤਮਾ ਨੂੰ ਮਿਲ ਸਕੇ। ਅਗਰ ਪਰਮਾਤਮਾ ਨੂੰ ਨਹੀਂ ਮਿਲਿਆ, ਬਾਹਰ ਦਾ ਲਿਬਾਸ ਗੁਰਮਤ ਵਾਲਾ ਪਹਿਨ ਲਿਆ ਅਤੇ ਕੇਵਲ ਦਿਖਾਵਾ ਪਖੰਡ ਹੋ ਗਿਆ, ਅੰਦਰੋਂ ਪਰਮਾਤਮਾ ਨਾਲ ਮਿਲਾਪ ਨਾ ਹੋਇਆ, ਇਹ ਇਹੋ ਜਿਹਾ ਲਿਬਾਸ ਹੋ ਗਿਆ ਜਿਹਨੂੰ ਮਹਾਰਾਜ ਕਹਿੰਦੇ ਆ ਕਿ ਤਨ ਅਤੇ ਸ਼ਿੰਗਾਰ ਤਾਂ ਸੁਹਾਗਣਾ ਵਾਲੇ ਕਰ ਲਏ ਪਰ ਮਾਲਕ ਦੇ ਘਰ ਦਾ ਪਤਾ ਕੋਈ ਨਹੀਂ। ਉਹਨੂੰ ਮਹਾਰਾਜ ਕਬੀਰ ਸਾਹਿਬ ਜੀ ਨੇ ਬਚਨ ਕੀਤੇ, ਕਹਿਣ ਲੱਗੇ ਕਿ ਉਹ ਸ਼ਿੰਗਾਰ ਮਿਲਣ ਕੇ ਤਾਂ ਹੀ, ਸ਼ਿੰਗਾਰ ਤਨ ਨੂੰ ਇਸ ਵਾਸਤੇ ਸ਼ਿੰਗਾਰਿਆ ਕਿ ਵਸਤਰ ਪਹਿਨੇ ਅਤੇ ਇਹਦੀ ਸਜਾਵਟ ਕੀਤੀ, ਮੈਂ ਆਪਣੇ ਭਰਤੇ ਦੇ ਨਾਲ ਆਪਣੇ ਮਾਲਕ ਨੂੰ ਮਿਲਣਾ ਆ। ਕਹਿਣ ਲੱਗੇ ਹਾਰ ਨਾ ਮਿਲੇ ਜਗ ਜੀਵਨ ਗੁਸਾਈ, ਬਾਹਰ ਦਾ ਤਨ ਦਾ ਲਿਬਾਸ ਇਸ ਲਈ ਕੀਤਾ
ਕਿ ਇਹ ਬਾਹਰੋਂ ਵੀ ਐਸਾ ਗੁਰਮਤ ਵਾਲਾ ਲਿਬਾਸ ਪਹਿਨ ਕੇ ਗੁਰਮੁਖਾਂ ਵਾਲਾ ਅਤੇ ਪਰਿਪੂਰਨ ਪਰਮਾਤਮਾ ਨੂੰ ਅੰਦਰੋਂ ਪਾਈਏ ਉਹਦੀ ਪ੍ਰਾਪਤੀ ਹੋ ਸਕੇ। ਪਰ ਭਗਤ ਕਬੀਰ ਸਾਹਿਬ ਮਹਾਰਾਜ ਕਹਿੰਦੇ ਬਾਹਰੋਂ ਤਾਂ ਸ਼ਿੰਗਾਰ ਕਰ ਲਿਆ ਪਰ ਅੰਦਰੋਂ ਮਿਲਾਪ ਵਾਲੀ ਇੱਛਾ ਹੀ ਨਹੀਂ ਉਤਪੰਨ ਹੋਈ, ਉਹ ਪਖੰਡ ਬਣ ਗਿਆ, ਦਿਖਾਵਾ ਬਣ ਗਿਆ, ਜਿਹਨੂੰ ਮਹਾਰਾਜ ਕਹਿੰਦੇ ਕਰਮ ਧਰਮ ਪਾਖੰਡ ਜੋ ਦਿਸੈ ਤਿੰਨ ਜਮ ਦਾ ਗਾਤੀ ਲੂਠੈ। ਦਿਖਾਵੇ ਦਾ ਕਰਮ, ਦਿਖਾਵੇ ਦਾ ਧਰਮ, ਬਾਹਰੋਂ ਜੋ ਦਿਖਾਵਾ ਕਰਦਾ ਅੰਦਰ ਉਹ ਕੁਝ ਭਾਵਨਾਵਾਂ ਹੈ ਨਹੀਂ, ਉਹ ਪਖੰਡ ਅਤੇ ਸਭ ਜਮਾਂ ਨੇ ਲੁੱਟ ਪੁੱਟ ਲੈਣਾ, ਨਾਲ ਕੁਛ ਨਹੀਂ ਦੇ ਜਾਣਾ। ਜੇ ਅੰਦਰ ਭਾਵਨਾ, ਅੰਦਰ ਉਹ ਗੁਣ ਨੇ ਫਿਰ ਨਹੀਂ। ਮਹਾਰਾਜ ਕਹਿੰਦੇ ਕਿ ਉਹ ਸ਼ਿੰਗਾਰ ਮਿਲਣ ਕੈ ਤਾਈਂ, ਮਿਲਣ ਵਾਸਤੇ ਬਾਹਰ ਦਾ ਲਿਬਾਸ ਬਣਾਇਆ ਸੀ, ਹਰ ਨਾ ਮਿਲੇ, ਪਰਮਾਤਮਾ ਵਾਹਿਗੁਰੂ ਨਹੀਂ ਮਿਲਿਆ। ਕਹਿਣ ਲੱਗੇ ਜਗ ਜੀਵਨ ਗੁਸਾਈ, ਜਿਹੜਾ ਜਗਤ ਦਾ ਜੀਵਨ ਰੂਪ ਹੈ, ਜਿਹੜਾ ਜਗਤ ਨੂੰ ਜੀਵਨ ਪ੍ਰਦਾਨ ਕਰਦਾ, ਜਿੰਦ ਜਾਨ ਬਖਸ਼ਣਹਾਰ ਹੈ, ਉਹ ਨਹੀਂ ਮਿਲਿਆ। ਬਾਹਰ ਦੇ ਲਿਬਾਸ ਨੂੰ ਦੇਖ ਕੇ ਉਹ ਰੀਝਿਆ ਨਹੀਂ, ਪ੍ਰਸੰਨ ਨਹੀਂ ਹੋਇਆ। ਮਹਾਰਾਜ ਕਬੀਰ ਸਾਹਿਬ ਕਹਿੰਦੇ ਹਰ ਮੇਰੋ ਪਿਰ, ਹਰੀ ਪਰਮਾਤਮਾ ਵਾਹਿਗੁਰੂ ਜਿਹੜਾ ਹੈ ਨਾ, ਉਹ ਆ ਮੇਰਾ ਪਤੀ, ਉਹ ਆ ਮੇਰਾ ਮਾਲਕ, ਉਹ ਆ ਮੇਰਾ ਵਾਹਿਗੁਰੂ। ਹਉ ਹਰ ਕੀ ਬਹੁਰੀ ਆ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੈਂ ਜੀਵ ਰੂਪ ਉਹਦੀ ਇਸਤਰੀ ਹਾਂ, ਉਹ ਮੇਰਾ ਹੈ ਮਾਲਕ। ਜਿਵੇਂ ਇੱਕ ਬੀਬੀ ਆਪਣੇ ਮਾਲਕ ਦੇ ਅਨੁਸਾਰ ਜੀਵਨ ਬਸਰ ਕਰਦੀ ਆ। ਕਹਿਣ ਲੱਗੇ ਤੁਸੀਂ ਜੀਵ ਰੂਪ ਇਸਤਰੀਆਂ ਹੋ, ਤੁਹਾਡਾ ਭਰਤਾ ਪਰਿਪੂਰਨ ਪਰਮਾਤਮਾ ਇੱਕ ਹੈ। ਜੇ ਇੱਕ ਬੀਬੀ ਆਪਣੇ ਮਾਲਕ ਤੋਂ ਬਾਹਰ ਹੋ ਕੇ ਸੁੱਖ ਦਾ ਜੀਵਨ ਬਸਰ ਨਹੀਂ ਕਰ ਸਕਦੀ, ਤੇ ਯਾਦ ਰੱਖਣਾ ਤੁਸੀਂ ਅਕਾਲ ਪੁਰਖ ਵਾਹਿਗੁਰੂ ਤੋਂ ਬਾਹਰ ਹੋ ਕੇ ਕਿਵੇਂ ਸੁੱਖ ਤੁਹਾਨੂੰ ਪ੍ਰਦਾਨ ਹੋ ਸਕਦੇ, ਤੁਸੀਂ ਸੁਖੀ ਕਿਵੇਂ ਰਹਿ ਸਕਦੇ ਹੋ। ਰਾਮ ਵੱਡੇ, ਭਗਤ ਕਬੀਰ ਜੀ ਕਹਿੰਦੇ ਉਹ ਰਮਿਆ ਹੋਇਆ ਰਾਮ ਅਕਾਲ ਪੁਰਖ ਵਾਹਿਗੁਰੂ ਜਿਹੜਾ ਹੈ ਉਹ ਵੱਡੇ, ਮੈਂ ਛੋਟਾ ਹਾਂ ਤੇ ਉਹ ਬਹੁਤ ਵੱਡੇ ਆ ਮੇਰੇ ਮਾਲਕ ਜਿਹੜੇ ਆ। ਕਹਿਣ ਲੱਗੇ ਮੈਂ ਤਨਕ ਲਾਹੌਰੀਆ, ਮੈਂ ਤਨਕ ਤੁਸ਼ ਮਾਤਰ ਲਾਹੌਰੀਆ, ਛੋਟੀ ਜੀ ਜੀਵ ਰੂਪ ਇਸਤਰੀਆਂ, ਮੈਂ ਬਹੁਤ ਵੱਡੀ ਨਹੀਂ, ਪਰਮਾਤਮਾ ਬਹੁਤ ਵੱਡਾ ਹੈ, ਮੇਰਾ ਵਜੂਦ ਉਹਦੇ ਸਾਹਮਣੇ ਕੋਈ ਨਹੀਂ। ਧਨ ਫਿਰ ਇੱਕ ਹੈ ਸੰਗ ਬਸੇਰਾ। ਕਹਿਣ ਲੱਗੇ ਧਨ ਜੀਵ ਰੂਪ ਇਸਤਰੀ ਅਤੇ ਵਾਹਿਗੁਰੂ ਇਹਨਾਂ ਦਾ ਇੱਕੇ ਜਗ੍ਹਾ 'ਤੇ ਵਾਸਾ ਹੈ। ਜਿਵੇਂ ਇੱਕ ਘਰ ਅੰਦਰ ਪਤੀ ਪਤਨੀ ਰਹਿੰਦਿਆਂ ਹੋਇਆਂ ਵੀ ਕਈ ਵਾਰ ਐਸਾ ਹੁੰਦਾ ਹੈ ਵੀ ਇਹ ਨਹੀਂ ਰਹਿ ਰਹੇ ਔਰ ਨਹੀਂ ਇੱਕੇ ਘਰ ਦੇ ਵਿੱਚ ਰਹਿ ਰਹੇ, ਕਿਉਂਕਿ ਪਤਨੀ ਆਪਣੀ ਅਪਣੱਤ ਜਨਾਉਣਾ ਚਾਹੁੰਦੀ ਹੈ, ਕਿਉਂ ਉਹ ਮਾਲਕ ਬਣਨਾ ਚਾਹੁੰਦੀ ਹੈ, ਮਾਲਕ ਨੂੰ ਮਾਲਕ ਨਹੀਂ ਜਾਤਾ ਅਤੇ ਉੱਥੇ ਗੜਬੜੇਸ਼ਨ ਹੁੰਦੀ ਹੈ, ਉੱਥੇ ਪਵਾੜੇ ਪੈਂਦੇ ਨੇ। ਜੀਵ ਵੀ ਸੰਸਾਰ ਵਿੱਚ ਰਹਿੰਦਾ ਹੋਇਆ ਨਾ ਅਕਾਲ ਪੁਰਖ ਵਾਹਿਗੁਰੂ ਨੂੰ ਛੱਡ ਕੇ ਖੁਦ ਮੁਖਤਿਆਰ ਬਣਨਾ ਚਾਹੁੰਦਾ ਹੈ, ਨਹੀਂ ਮੈਂ ਕਿਹਾ ਹੋ ਜਾਵੇ, ਮੈਂ ਕਿਹਾ ਰੱਬ ਨੇ ਕੀ, ਰੱਬ ਕੀ ਚਾਹੁੰਦਾ ਉਹਦਾ ਮਤਲਬ ਕੋਈ ਨਹੀਂ, ਤਾਂ ਹੀ ਦੁੱਖ ਪਾ ਰਹੇ ਹਾਂ। ਕਹਿਣ ਲੱਗੇ ਹਰੀ ਪਰਮਾਤਮਾ ਧਨ ਫਿਰ ਇੱਕ ਹੈ ਸੰਗ ਬਸੇਰਾ। ਜਿਵੇਂ ਬਾਹਰੋਂ ਭਰਤਾ ਪਤਨੀ ਇੱਕ ਘਰ ਵਿੱਚ ਰਹਿੰਦੇ ਹਾਂ ਵੀ ਔਰ ਉਹਨਾਂ ਦੀ ਦੂਰੀ ਆ। ਕਹਿਣ ਲੱਗੇ ਸੱਜਣਾ ਅੰਦਰ ਹੀ ਤੇਰੇ ਪਰਮਾਤਮਾ,
ਅੰਦਰ ਹੀ ਤੇਰੇ ਜੀਵ ਰੂਪ ਜੀਵਾਤਮਾ। ਕਹਿਣ ਲੱਗੇ ਦੋਨੇ ਕਿਸ ਜਗ੍ਹਾ ਤੇ ਵਸਦੇ ਆ, ਪਰ ਦੋਨਾਂ ਦਾ ਆਪਸ ਚ ਸੰਬੰਧ ਕੋਈ ਨਹੀਂ, ਮਿਲਾਪ ਕੋਈ ਨਹੀਂ, ਗੱਲਬਾਤ ਕੋਈ ਨਹੀਂ, ਤੇ ਸੁੱਖ ਕਿੱਥੋਂ ਤੈਨੂੰ ਪ੍ਰਾਪਤ ਹੋਵੇਗਾ। ਸੇਧ ਇੱਕ ਪੈ ਮਿਲਨ ਦੁਹੇਰਾ, ਇੱਕੇ ਘਰ ਵਿੱਚ ਰਹਿੰਦਿਆਂ ਹੋਇਆਂ ਮਿਲਾਪ ਜਿਹੜਾ ਔਖਾ ਹੋ ਜਾਵੇਗਾ, ਕਦੇ ਨਹੀਂ ਹੋਵੇਗਾ। ਸੱਜਣਾ, ਜੇ ਬਾਰੀ ਇਸਤਰੀ ਮਾਲਕ ਨੂੰ ਪ੍ਰਸੰਨ ਕਰਕੇ ਅਪਣੱਤ ਮਿਟਾ ਕੇ ਆਪਣੀ ਭਰਤੀ ਦੇ ਅਨੁਕੂਲ ਚੱਲੇ ਤੇ ਸਾਰੇ ਸੁੱਖ ਤੇ ਖੁਸ਼ੀਆਂ ਨਾਲ ਉਹਦੀ ਝੋਲੀ ਭਰਦੀ ਆ, ਜੀਵ ਰੂਪ ਇਸਤਰੀ ਵੀ ਆਪਣੀ ਹਿਰਦੇ ਵਿੱਚੋਂ ਮੈਂ ਮੇਰੀ ਨੂੰ ਮਿਟਾ ਕੇ ਵਾਹਿਗੁਰੂ ਦੇ ਲਈ ਅਪਣੱਤ ਨੂੰ ਮਿਟਾ ਕੇ ਉਹਦੇ ਅਨੁਸਾਰ ਚੱਲੇ, ਮਹਾਰਾਜ ਸਾਹਿਬ ਕਹਿੰਦੇ ਫਿਰ ਦੁਹੇਰਾ ਦੁੱਖ ਵਾਲਾ ਨਹੀਂ ਹੋਵੇਗਾ, ਫਿਰ ਇਹ ਮਾਰਗ ਸੁਹੇਲਾ ਹੋ ਜਾਵੇਗਾ, ਮਿਲਾਪ ਹੋਵੇਗਾ। ਅਗਰ ਜੇ ਅੰਦਰੋਂ ਅਪਣੱਤ ਮੈਂ ਮੇਰੀ ਅਹੰ ਭਾਵ ਨਹੀਂ ਗਿਆ ਤੇ ਯਾਦ ਰੱਖੀ ਸੁੱਖ ਕਦੇ ਨਹੀਂ ਮਿਲਣਾ। ਭਗਤ ਕਬੀਰ ਸਾਹਿਬ ਕਹਿੰਦੇ ਧੰਨ ਸੁਹਾਗਨ, ਉਹ ਧੰਤਾ ਦੇ ਯੋਗ ਸੁਹਾਗਵਤੀ ਬੀਬੀ ਜੋ ਪ੍ਰੇ ਭਾਵੈ, ਜਿਹੜੀ ਆਪਣੇ ਮਾਲਕ ਦੇ ਅਨੁਸਾਰ ਚੱਲਦੀ ਤੇ ਮਾਲਕ ਫਿਰ ਉਹਦੇ ਤੇ ਪ੍ਰਸੰਨ ਹੋ ਕੇ ਭਾਵੇਂ ਕਿਤੇ ਜਾਵੇ ਕਿਤਿਓਂ ਆਵੇ ਸੁੱਖ ਸੁਵਿਧਾਵਾਂ ਨੂੰ ਉਪਲਬਧ ਕਰਾਉਂਦਾ ਹੈ, ਸਾਰੇ ਸੁੱਖ ਦੇਣ ਦਾ ਯਤਨ ਕਰਦਾ ਹੈ। ਜਿਹੜੇ ਪਾਣੀ ਕੇ ਮੰਗਤ ਪਾਥਰ ਮਾਰੇ ਨਾਰ ਕਦੋਂ ਕਰ ਨਾਹਰ ਆਨੀ, ਜੇ ਮੰਗਿਆ ਪਾਣੀ ਤੇ ਚੁੱਕ ਕੇ ਮਾਲਕ ਦੇ ਸਿਰ 'ਚ ਵੱਟਾ ਮਾਰਿਓ, ਸਿਰ ਪਾੜ ਕੇ ਧਰ ਦਿੱਤਾ, ਉਹ ਪਤਨੀ ਕਾਹਦੀ ਘਰ 'ਚ ਸ਼ੇਰ ਬੰਨ ਲਿਆ ਜਿਹੜਾ ਖਾਣ ਨੂੰ ਆਉਂਦਾ। ਕਹਿੰਦੇ ਪਰਮਾਤਮਾ ਕਹਿੰਦਾ ਹੈ ਜੀਵਾਤਮਾ ਨੂੰ ਬਈ ਤੂੰ ਆਹ ਕਰ, ਤੇ ਉਹਦੇ ਬਚਨਾਂ ਨੂੰ ਉੱਥੇ ਕਬੋਲ, ਅੰਦਰੇ ਹੀ ਅੰਦਰ ਦੇ ਫੁਰਨੇ ਹੀ ਸਾਡੇ ਕੱਟਦੇ ਰਹਿੰਦੇ ਨੇ ਜੀ, ਔਰ ਉਹ ਫੁਰਨਿਆਂ ਦੇ ਨਾਲ ਹੀ ਹੋਰ ਦੇ ਹੋਰ ਕੀਤਾ। ਕਹਿਣ ਲੱਗੇ ਉਹ ਸੁਹਾਗਨ ਹੈ ਜਿਹੜੀ ਪਤੀ ਨੂੰ ਭਾਵੇ, ਉਹ ਜੀਵ ਰੂਪ ਇਸਤਰੀ ਸੁਹਾਗਨ ਹੈ ਜਿਹੜੀ ਅੰਤਰ ਆਤਮੇ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਭਾਵੇ, ਚੰਗੀ ਲੱਗੇ। ਤੇ ਫਿਰ ਜਿਵੇਂ ਬਾਹਰ ਦਾ ਭਰਤਾ ਘਰ ਵਿੱਚ ਸਭੇ ਸੁਵਿਧਾਵਾਂ ਉਪਲਬਧ ਕਰਦਾ ਹੈ, ਤੇ ਮੇਰਾ ਅਕਾਲ ਪੁਰਖ ਵਾਹਿਗੁਰੂ ਤਾਂ ਫਿਰ ਵੱਡਾ ਭਰਤਾ ਹੈ ਨਾ, ਉਹ ਆਰ ਬੁਖਾਰ ਭਰ ਦਿੰਦਾ ਹੈ ਤੇ ਲੋਕ ਪਰਲੋਕ ਦੀਆਂ ਸੁਵਿਧਾਵਾਂ ਦਿੰਦਾ ਹੈ। ਕਹੇ ਕਬੀਰ, ਭਗਤ ਕਬੀਰ ਜੀ ਕਹਿੰਦੇ ਜਿਉਂਦੇ ਜੀਵੀ ਸਾਰੇ ਸੁੱਖ ਭੋਗਦਾ ਹੈ, ਫਿਰ ਜਨਮ ਨਾ ਆਵੇ ਉਹਦਾ ਆਉਣਾ ਜਾਣਾ ਮਿਟ ਜਾਂਦਾ ਹੈ, ਜਿਹੜਾ ਅੰਦਰੋਂ ਪਰਮਾਤਮਾ ਦੇ ਲਈ ਜਿਉਂਦਾ ਹੈ, ਪਰਮਾਤਮਾ ਨੂੰ ਪਾਉਂਦਾ ਹੈ ਤੇ ਬਾਹਰੋਂ ਅਪਣੱਤ ਤੇ ਅੰਦਰੋਂ ਅਪਣੱਤ ਨੂੰ ਮਿਟਾ ਦਿੰਦਾ ਹੈ, ਮਾਲਕ ਲਈ ਤੁਰਦਾ ਹੈ, ਉਹ ਪਰਮਾਤਮਾ ਨੂੰ ਪਾਉਂਦਾ। ਮਹਾਰਾਜ ਗੁਰੂ ਅਰਜਨ ਸਾਹਿਬ ਮਿਹਰ ਕਰਦੇ ਨੇ ਏਕਾ ਸੇਜ ਵਿਸ਼ੀ ਧਨ ਕੰਤਾ, ਅੰਦਰ ਹਿਰਦਾ ਏਕੇ ਅੰਤਸ਼ਕਰਨ ਰੂਪ ਸੇਜੈ, ਧਨ ਸੂਤੀ ਪਿਰ ਸਦ ਜਾਂ ਗੰਤਾ, ਪਰ ਅਗਿਆਨਤਾ ਦੇ ਹਨੇਰੇ ਅੰਦਰ ਬੇਸਮਝੀ ਅੰਦਰ ਅੰਦਰੋਂ ਖੁਰਾਟੇ ਨਾ ਮਾਰੀਏ, ਪਰਮਾਤਮਾ ਸਦਾ ਜਾਗਦਾ ਹੈ, ਪਰਮਾਤਮਾ ਨੂੰ ਜਪੀਏ, ਉਹਦੇ ਮਾਰਗ ਤੇ ਤੁਰੀਏ ਤਾਂ ਸਾਡਾ ਆਇਆ ਹੋਇਆ ਸਫਲਾ ਹੋਣਾ ਹੈ, ਤਾਂ ਪ੍ਰਭੂ ਨੂੰ ਪ੍ਰਵਾਨਤਾ ਹੋਣੀ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਿਓ ਮਦਰੋ ਧਨ ਮਤਵੰਤਾ, ਜਿਹੜੀ ਜੀਵ ਰੂਪ ਇਸ ਤੋਰੀ ਉਹ ਹੰਕਾਰ ਦਾ ਨਸ਼ਾ ਕਰਕੇ ਅੰਦਰ, ਜਿਵੇਂ ਕੋਈ ਨਸ਼ੈੜੀ ਸ਼ਰਾਬ ਆਦਿ ਪੀਣ ਵਾਲਾ
ਪਾਵਲਾ ਹੋ ਜਾਂਦਾ ਨਾ ਪੀ ਕੇ, ਅਤੇ ਦਿਨ ਨੂੰ ਪੁੱਛ ਜਾਓ ਕਹੇਗਾ ਮੈਨੂੰ ਪਤਾ ਨਹੀਂ। ਔਰ ਇਸੇ ਤਰ੍ਹਾਂ ਹੰਕਾਰ ਦੀ ਸ਼ਰਾਬ ਪੀ ਕੇ ਜੀਵ ਰੂਪ ਇਸਤਰੀ ਅੰਦਰ ਜੀਵ ਸਭ ਜਿਹੜਾ ਹੈ ਉਹ ਬੇਸਮਝੀ ਦੇ ਖੁਰਾਟੇ ਮਾਰਦਾ, ਮੈਨੂੰ ਕੋਈ ਪਤਾ ਨਹੀਂ। ਕਹਿਣ ਲੱਗੇ ਧਨ ਜਾਗੈ ਜੇ ਫਿਰ ਬੋਲਣ ਤਾਂ ਪ੍ਰਭੂ ਨਾਲ ਸਨੇਹ ਹੋਵੇ, ਪ੍ਰਭੂ ਵਾਦ ਮਾਰੇ। ਜਿਵੇਂ ਬਾਹਰੀ ਘਰ ਵਿੱਚ ਕਾਰਜ ਕਿਸੇ ਵਾਸਤੇ ਮਾਲਕ ਨੇ ਮਾੜਾ ਜਿਹਾ ਬੋਲ ਮਾਰਿਆ ਅਤੇ ਉਹਦੀ ਪਤਨੀ ਨੇ ਸੁਣ ਲਿਆ, ਦੌੜ ਕੇ ਆਈ, ਕਹਿਣ ਲੱਗੇ ਮਾਲਕ ਦੀ ਮੜੀ ਦੀ ਕਨਸੋ ਹਿਰਦੇ 'ਚ ਪਵੇ ਅਤੇ ਸੁਰਤ ਉੱਠ ਕੇ ਜੀਵ ਤਬ ਉੱਠ ਕੇ ਈਸ਼ਵਰ ਦੇ ਹੁਕਮ ਲਈ ਹੱਥ ਬੰਨ ਕੇ ਖੜਾ ਹੋਵੇ ਕਿ ਹੇ ਪ੍ਰਭੂ ਜੋ ਤੂੰ ਕਹਿਣਾ ਮੈਨੂੰ ਸਵੀਕਾਰ ਏ। ਉਹਦੇ ਬੋਲ ਸੁਣੇ ਅਤੇ ਹਿਰਦੇ 'ਚ ਵਸਾਏ। ਮਹਾਰਾਜ ਕਹਿੰਦੇ ਭਈ ਨਿਰਾਸੀ ਬਹੁਤ ਦਿਨ ਲੱਗ ਗਏ, ਨਿਰਾਸ਼ਤਾ ਆ ਗਈ। ਕਿਉਂ ਬਹੁਤ ਦਿਨ ਲੱਗ ਗਏ? ਕਿਹੜੇ ਦਿਨ? ਕਈ ਬਹੁਤ ਜਨਮ ਵਿਛੜੇ ਇੱਥੇ ਮਾਧੋ, ਇਹ ਜਨਮ ਤੁਹਾਰੇ ਲੇਖੇ ਬਹੁਤ ਜਨਮਾਂ ਰੂਪੀ, ਪਤਾ ਨਹੀਂ ਕਿੰਨੇ ਕੁ ਜਨਮਾਂ ਵੀਦੀ ਆਏ ਆ ਵਿਛੜੇ ਹੋਏ। ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ। ਭਈ ਨਿਰਾਸੀ ਨਿਰਾਸ਼ ਹੋ ਗਏ, ਬਹੁਤ ਦਿਨ ਲੱਗ ਗਏ, ਬਹੁਤ ਦਿਨ ਹੋ ਗਏ ਕਿ ਮਾਲਕ ਦਾ ਦੀਦਾਰ ਨਹੀਂ ਹੋਇਆ, ਬਹੁਤ ਜਨਮ ਹੋ ਗਏ ਮਾਲਕ ਤੋਂ ਵਿਛੜਿਆਂ ਨੂੰ। ਦੇਸ਼ ਦੇ ਸੰਤਰ ਦੇਸ਼ ਦਸ਼ਾਂਤਰਾਂ ਦੇ ਅੰਦਰ ਕਹਿ ਲੱਗੇ ਮੈਂ ਸਗਲੇ ਝਾਗੇ ਸਾਰੇ ਫਿਰ ਫਿਰ ਕੇ ਵੇਖ ਲਿਆ, ਕਿਤਿਓ ਮਾਲਕ ਨਹੀਂ ਮਿਲਿਆ। ਕਹਿੰਦੇ ਖੇਨਾ ਰਹਿਣ ਨਾ ਪਾਵੋ ਬਿਨ ਪੱਗ ਪਾਗੇ, ਇੱਕ ਛਿਣ ਦਾ ਸਮਾਂ ਅੱਖ ਫਰਕਣ ਜਿੰਨਾ ਪਰੀਪੂਰਨ ਪਰਮਾਤਮਾ ਦੇ ਚਰਨਾਂ ਤੋਂ ਬਿਨਾਂ, ਉਹਦੇ ਚਰਨੀ ਲੱਗਿਆਂ ਤੋਂ ਬਿਨਾਂ, ਉਹਦੇ ਚਰਨ ਪਕੜੇ ਤੋਂ ਬਿਨਾਂ ਮਹਾਰਾਜ ਸਾਹਿਬ ਕਹਿੰਦੇ ਰਿਹਾ ਨਹੀਂ ਜਾਣਾ। ਕਿਉਂ ਨਾ ਮੈਂ ਉਹਦੇ ਚਰਨ ਸ਼ਬਦ ਸਰੂਪ ਜਿਹੜੇ ਨੇ ਉਹਨਾਂ ਨੂੰ ਮਨ ਬੁੱਧ ਰੂਪ ਹੱਥਾਂ ਦੇ ਨਾਲ ਪਕੜ ਲਵਾਂ ਕਿ ਮੇਰੇ ਵਾਹਿਗੁਰੂ ਦਿਆਲੂ ਜੀ ਮੇਰੇ 'ਤੇ ਕਿਰਪਾ ਕਰੋ, ਮੇਰੇ 'ਤੇ ਮਿਹਰ ਬਰਸਾਓ, ਹੋਏ ਕਿਰਪਾਲ। ਜਦੋਂ ਉਹਦੇ ਚਰਨੀ ਲੱਗ ਗਏ ਨਾ ਮਹਾਰਾਜ ਸੱਚੀ ਸਰਕਾਰ ਦੇ, ਫਿਰ ਕਹਿੰਦੇ ਹੋਏ ਕਿਰਪਾਲ, ਫਿਰ ਪ੍ਰਭੂ ਨਿਰਮਾਈ ਵਾਲਾ ਹੋ ਗਿਆ, ਰਹਿਮਤ ਕਰਨ ਵਾਲਾ ਹੋ ਗਿਆ। ਪ੍ਰਭ ਮਿਲੇ ਸੁਭਾਗੇ, ਉਹਦੇ ਚਰਨੀ ਲੱਗੇ ਅਤੇ ਵੱਡਿਆਂ ਭਾਗਾਂ ਦੇ ਨਾਲ, ਸ੍ਰੇਸ਼ਟ ਭਾਗਾਂ ਦੇ ਨਾਲ ਪ੍ਰਭੂ ਨਾਲ ਮਿਲਾਪ ਹੋਇਆ। ਫਿਰ ਭਇਓ ਕਿਰਪਾਲ, ਉਹਨੇ ਰਹਿਮਤ ਕੀਤੀ, ਉਹਦੀ ਰਹਿਮਤ ਦੇ ਨਾਲ ਸਤ ਸੰਗ ਮਿਲਾਇਆ, ਬਾਹਰ ਦਾ ਸਤ ਸੰਗ ਵੀ ਅਤੇ ਅੰਦਰੋਂ ਸਤ ਜਿਹੜਾ ਸੱਚ ਸਰੂਪ ਪਰਮਾਤਮਾ ਹੈ ਨਾ, ਜਦੋਂ ਬਾਹਰੋਂ ਤੁਰੇ ਬਾਹਰੋਂ ਜਪਿਆ, ਫਿਰ ਪਰਮਾਤਮਾ ਨੇ ਜਦੋਂ ਕਿਰਪਾ ਕੀਤੀ, ਜਿਹੜਾ ਸੱਚ ਸਰੂਪ ਵਾਹਿਗੁਰੂ ਆ ਜੀਵ ਤਬ ਨੂੰ, ਜੀਵ ਆਤਮਾ ਨੂੰ ਪਰਮਾਤਮਾ ਨਾਲ ਮਿਲਾਇਆ, ਉਹਦੇ ਨਾਲ ਮਿਲ ਦਿੱਤਾ ਪਰਿਪੂਰਨ ਪਰਮਾਤਮਾ ਨੇ। ਅਤੇ ਜਦੋਂ ਅੰਤਰ ਆਤਮੇ ਮਿਲ ਗਏ ਨਾ, ਫਿਰ ਬੁੱਝੀ ਤਪਤ ਘਰੇ ਫਿਰ ਪਾਇਆ। ਫਿਰ ਤਪਸ਼ ਜਿਹੜੀ ਸੀ ਨਾ, ਤਪਸ਼ ਕਿਉਂ ਸੀ? ਪਰਮਾਤਮਾ ਤੋਂ ਦੂਰੀ ਹੋਣ ਕਰਕੇ, ਬਾਣੀ ਤੋਂ ਦੂਰੀ ਹੋਣ ਕਰਕੇ। ਜੀਓ ਤਪਤ ਹੈ ਬਾਰੂ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ, ਜਿਉਂ ਪੱਕਾ ਰੋਗੀ ਵਿਲ ਲਾਏ। ਉਹ ਵਿਰਲਾਪ ਤਾਂ ਪਿਆ ਕਰਦਾ ਤਪਦਾ, ਤਾਂ ਹੈ ਅੰਦਰ ਬਾਣੀ ਨਹੀਂ। ਕਹਿੰਦੇ ਹੁਣ ਉਹ ਤਪਸ਼ ਬਾਣੀ ਆ ਗਈ, ਬ੍ਰਹਮ ਦੇ ਦੀਦਾਰ ਹੋਣ ਲੱਗ ਪਏ,
ਅੰਦਰੋਂ ਬ੍ਰਹਮ ਦੇ ਨਾਲ ਜੁੜ ਗਿਆ ਹੈ। ਹੁਣ ਬੂਝੀ ਤਪਤ ਤਪਸ਼ ਬੁਝ ਗਈ, ਕੱਲ ਤਾਤੀ ਠੰਡਾ ਹਰ ਨਾਓ। ਮਹਾਰਾਜ ਮਿਹਰ ਕਰਦੇ ਘਰੇ ਖਿਰਦੇ ਘਰ ਦੇ ਅੰਦਰ ਪਿਰ ਮਾਲਕ ਵਾਹਿਗੁਰੂ ਨੂੰ ਪਾਇਆ, ਉਹਦੀ ਪ੍ਰਾਪਤੀ ਹੋ ਗਈ। ਕਹਿੰਦੇ ਸਗਲ ਸ਼ਿੰਗਾਰ ਹੁਣ ਮੁਝੇ ਸੁਹਾਇਆ। ਜਦੋਂ ਅੰਦਰ ਪਰਮਾਤਮਾ ਪਾਇਆ, ਅੰਦਰ ਪਰਮਾਤਮਾ ਪ੍ਰਗਟ ਹੋਇਆ ਆ, ਹੁਣ ਬਾਹਰ ਦਾ ਧਾਰਮਿਕ ਲਿਬਾਸ ਚਿੰਨ ਜਿਹੜੇ ਆ ਨਾ ਤਨ ਤੇ ਧਾਰਨ ਕੀਤੇ, ਉਹ ਸੋਭਾ ਵਾਲੇ ਬਣ ਗਏ। ਹੁਣ ਸੱਚੀ ਮੁੱਚੀ ਉਹ ਸੱਚ ਮੁੱਚ ਬਣ ਗਏ, ਕਿਉਂਕਿ ਅੰਦਰ ਵੀ ਉਹ ਹੈ ਜੋ ਬਾਹਰੋਂ ਦਿਖਾਈ ਦਿੰਦਾ ਹੈ, ਤੇ ਜੋ ਬਾਹਰੋਂ ਦਿਖਾਈ ਦਿੰਦਾ ਅੰਦਰ ਵੀ ਉਹ ਤੇ ਬਾਹਰ ਵੀ ਉਹ ਹੈ। ਕਹੋ ਨਾਨਕ ਗੁਰ ਭਰਮ ਚੁਕਾਇਆ। ਹੁਣ ਗੁਰੂ ਨੇ ਭਰਮ ਜਿਹੜਾ ਸੀ, ਭਟਕਣਾ ਜਿਹੜੀ ਸੀ, ਕਿਰਪਾ ਕਰਕੇ ਚੁੱਕ ਦਿੱਤਾ ਹੈ। ਗੁਰੂ ਨਾਨਕ ਸਾਹਿਬ ਦੀ ਮੋਹਰ ਛਾਪ ਲਾ ਕੇ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਮਿਹਰ ਕਰਦੇ ਆ। ਕਹਿੰਦੇ ਹੁਣ ਵਸਤਾ ਇਹ ਬਣ ਗਈ ਜੈ ਦੇਖਾ, ਹੁਣ ਜਿੱਧਰ ਨੂੰ ਵੇਖਦੇ ਤਹਿ ਪਿਰ ਹੈ ਭਾਈ, ਉਧਰ ਪਰਮਾਤਮਾ ਨਦਰ ਆਉਂਦਾ। ਜਹਿ ਜਹਿ ਪੇਖੋ ਤਹਿ ਹਜੂਰ, ਦੂਰ ਕਤੂ ਨਾ ਜਾਈ, ਰੱਬ ਰਹਿਆ ਸਰਬਤਰ ਮੈਂ, ਮਨ ਸਦਾ ਧਿਆਈ। ਹੁਣ ਉਧਰ ਹੀ ਭਾਈ ਪਰਮਾਤਮਾ ਨਦਰ ਆਉਂਦਾ, ਜਿੱਧਰ ਨੂੰ ਅੱਖਾਂ ਦੀਆਂ ਪਲਕਾਂ ਉਠਾ ਕੇ ਤੱਕਦਾ। ਮਹਾਰਾਜ ਕਹਿੰਦੇ ਖੁੱਲਿਓ ਕਪਾਟ। ਹੁਣ ਜਿਹੜੇ ਭਰਮ ਭੇਦ ਦੇ ਦਰਵਾਜ਼ੇ ਅੰਦਰ ਕਵਾੜ ਲੱਗੇ ਸੀ ਨਾ, ਜਦੋਂ ਗੁਰੂ ਹਜ਼ੂਰ ਅਰਜੋਈ ਕੀਤੀ ਕਿ ਮਹਾਰਾਜ ਕਿਰਪਾ ਕਰ ਸਾਡੇ ਤੇ ਖੋਲ ਕਿਵਾਰ, ਦਿਖਾਲੇ ਦਰਸ਼ਨ ਪੁਨਰਪ ਜਨਮ ਨਾ ਆਈਏ, ਮਹਾਰਾਜ ਨੇ ਉਹ ਕਵਾੜ ਖੋਲ ਦਿੱਤੇ, ਉਹ ਭਰਮ ਭੇਦ ਦੇ ਖੁੱਲਿਓ ਕਪਾਟ। ਤਾਂ ਮਨ ਠਹਿਰਾਈ, ਹੁਣ ਉਹ ਕਵਾੜ ਖੁੱਲ ਗਏ ਤੇ ਮਨ ਅੰਦਰ ਮਾਲਕ ਦਾ ਦੀਦਾਰ ਕਰਕੇ ਉਹਦੇ ਸਨਮੁਖ ਦੇ ਚਰਨਾਂ ਦੇ ਵਿੱਚ ਐਨ ਠਹਿਰਾਈ ਟਿਕ ਗਿਆ। ਇੱਕ ਤਾਂ ਆ ਗਈ ਰਹਾਉ, ਦੂਜਾ ਸਤਿਗੁਰੂ ਮਹਾਰਾਜ ਨੇ ਦੋ ਰਹਾਉ ਇਸ ਪਾਵਨ ਸ਼ਬਦ ਅੰਦਰ ਰੱਖੇ ਨੇ। ਪਹਿਲਾ ਰਹਾਉ ਆ ਮਿਲਾਪ ਲਈ ਤੇ ਦੂਜਾ ਹੈ ਟਿਕਾਓ ਲਈ। ਜਦੋਂ ਟਿਕ ਗਿਆ ਪਰਮਾਤਮਾ ਦੇ ਚਰਨਾਂ ਵਿੱਚ, ਟਿਕਾਊ ਹੋਇਆ, ਮਿਲਾਪ ਹੋਇਆ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਹਿਲਾਂ ਤੇਰੇ ਅੰਦਰ ਉਮਾਹ ਆਵੇ, ਉਮੰਗ ਹੋਵੇ, ਤਰੰਗ ਉੱਠੇ, ਪਰਮਾਤਮਾ ਨੂੰ ਮਿਲਣਾ ਹੈ। ਜੋ ਕੁਝ ਮੈਂ ਬਾਹਰੋਂ ਹਾਂ ਔਰ ਉਹ ਜਿਹਾ ਅੰਦਰੋਂ ਹੋਵਾਂ, ਨਹੀਂ ਤੇ ਬਾਹਰ ਦਾ ਲਿਬਾਸ ਲੋਕ ਠੱਗੀਆਂ ਠੋਰੀਆਂ ਲਈ ਬੜਾ ਬਣਾਉਂਦੇ ਨੇ, ਕਿਉਂਕਿ ਠੱਗ ਟਾਈ ਜਿਹੜੀ ਹੈ ਨਾ ਉਹ ਚੱਲਦੀ ਉਦੋਂ ਆ ਧਾਰਮਿਕ ਚੋਲਾ ਪਾ ਕੇ, ਕਿਉਂਕਿ ਧਰਮ ਦੇ ਨਾਂ 'ਤੇ ਲੋਕ ਦੁਨੀਆ ਵਿਸ਼ਵਾਸ ਕਰਦੀ ਆ, ਅਤੇ ਫਿਰ ਠੱਗਾਂ ਨੇ ਵੀ ਇਹੋ ਜਿਹਾ ਲਿਬਾਸ ਬਣਾ ਲਿਆ, ਸਾਧੂਆਂ ਵਾਲਾ, ਗੁਰਸਿੱਖਾਂ ਵਾਲਾ, ਕਰਨੀ ਵਾਲਿਆਂ ਵਾਲਾ, ਰੱਬ ਦੇ ਪਿਆਰਿਆਂ ਵਾਲਾ। ਔਰ ਗੁਰੂ ਨਾਲ ਸਾਡਾ ਪਿਆਰ ਹੋਵੇ, ਅੰਦਰੋਂ ਉਮੰਗ ਹੋਵੇ, ਔਰ ਠੱਗ ਤਾਂ ਠੱਗ ਰਹਿੰਦਾ ਹੈ, ਰੱਬ ਦਾ ਪਿਆਰਾ ਰੱਬ ਨਾਲ ਪਿਆਰ ਵਾਲਾ ਰਹਿੰਦਾ ਹੈ। ਗੁਰੂ ਕਿਰਪਾ ਕਰੇ ਸਾਨੂੰ ਇਹ ਸਮਝ ਆਵੇ, ਅਸੀਂ ਸੱਚੀ ਮੁੱਚੀ ਅੰਦਰੋਂ ਵੀ ਜੁੜ ਜਾਈਏ, ਅੰਦਰੋਂ ਵੀ ਜਾਗੀਏ। ਜਿੱਥੇ ਬਾਹਰੋਂ ਮਾਲਕ ਕੋਲ ਆਉਣੇ ਆ, ਅੰਦਰੋਂ ਵੀ ਮਾਲਕ ਵੱਲ ਨੂੰ ਕਦਮਾਂ ਵਧਾਈਏ। ਅੰਦਰੋਂ ਕਦਮਾਂ ਕੀ ਵਧਾਉਣੀਆਂ ਨੇ ਜੀ? ਇੱਕ ਇੱਕ ਆਦਤ ਨੂੰ ਬਦਲਣਾ, ਇੱਕ ਇੱਕ ਗੁਰੂ ਵਾਲੀ ਵਿਚਾਰਧਾਰਾ ਨੂੰ ਅਪਣਾਉਣਾ ਰੋਜ਼, ਔਰ ਸਹਿਜੇ ਸਹਿਜੇ ਮੰਜ਼ਿਲ ਮਾਲਕ ਨੂੰ ਪਾਵਾਂਗੇ ਸਾਡਾ ਆਇਆ ਸਫਲਾ। ਵਿਚਾਰਾਂ ਕਰਦਿਆਂ ਹੋਇਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਜਾਂਦੀਆਂ। ਆਪ ਸਤਿਗੁਰੂ ਕੀ ਸੰਗਤ, ਸਤਿਗੁਰੂ ਗਰੀਬ ਨਵਾਜ਼ ਬਖਸ਼ਣ ਯੋਗ।
ਅੱਗੇ ਤੋਂ ਸ੍ਰੇਸ਼ਟ ਮਤ ਬੁੱਧ ਦੀ ਬਖਸ਼ਿਸ਼ ਕਰਿਆ ਜੇ ਜੋ ਪੜ੍ਹ ਪੜ੍ਹਾ ਕੇ ਗੁਰੂ ਦਰ ਦੀ ਗੁਰੂ ਘਰ ਦੀ ਵਿਚਾਰ ਏ ਉਹ ਗੁਰੂ ਹਜ਼ੂਰੀ ਅੰਦਰ ਗੁਰੂ ਕੀ ਸੰਗਤ ਨੂੰ ਸੁਣਾ ਸਕੀਏ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ, ਅਰਦਾਸ ਅੰਦਰ ਸ਼ਾਮਿਲ ਹੋਈਏ, ਸਤਿਗੁਰੂ ਦੇ ਹਜ਼ੂਰ ਜੋਦੜੀ ਕਰੀਏ। ਮਹਾਰਾਜ ਆ ਸਾਡੇ 'ਤੇ ਵੀ ਕਿਰਪਾ ਕਰੋ, ਸਾਡੇ ਵੀ ਭਰਮ ਭੇਦ ਦੇ ਇਹ ਲੱਗੇ ਦਰਵਾਜ਼ੇ ਜਿਹੜੇ ਖੁੱਲ੍ਹ ਜਾਣ, ਸਾਨੂੰ ਵੀ ਪ੍ਰਕਾਸ਼ ਹੋਵੇ, ਅਸੀਂ ਵੀ ਤੇਰੇ ਚਰਨਾਂ ਨਾਲ ਜੁੜੀਏ, ਸਾਡਾ ਆਇਆ ਸਫਲਾ। ਇੰਨੀਆਂ ਬੇਨਤੀਆਂ ਪ੍ਰਵਾਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।